ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ, ਨਵੀਂ ਵੀਡੀਓ ਦੇ ਨਾਲ ਹਾਜ਼ਰ। ਪਿਛਲੀ ਵੀਡੀਓ ਦੇ ਵਿੱਚ ਅਸੀਂ ਹੋਟਲ 'ਤੇ ਸਟੇਅ ਕੀਤਾ ਅਤੇ ਉੱਥੋਂ ਮੁੜ ਨਿਕਲਿਆ ਸੀ, ਅਤੇ ਹੁਣ ਅਗਾਂਹ ਮੀਰਪੁਰ ਜਾਂਦੇ ਪਏ ਇਨਸ਼ਾ ਅੱਲਾਹ। ਜੇ ਨਜ਼ਰੀਨ ਵਾਪਸ ਆਏ ਵਦੇ ਹਾਂ, ਜਿਹੜੀ ਕਾਸਕੋਈ ਡੈਮ ਹੈ ਇੱਥੇ ਨਾਲ, ਇਹਦੇ ਬੰਨ 'ਤੇ ਜਾ ਰਹੇ ਹਾਂ। ਅਤੇ ਇੱਥੇ ਮੇਰੇ ਅਜ਼ੀਜ਼ ਹਨ ਬਾਈ ਸ਼ਹਿਦ ਸਾਹਿਬ, ਉਹਨਾਂ ਨਾਲ ਗੱਲ ਹੋਈ ਹੈ। ਮੈਂ ਕਿਹਾ ਯਾਰ ਗੁਸਨ ਮਾਲ ਲੱਭ ਕੇ ਦਿਓ, ਉਹ ਪੈ ਦਿਨ ਤੁਸੀਂ ਆ ਜਾਓ, ਮਾਲ ਇਹ ਫੈਸਲਾਬਾਦ ਦਾ, ਅਤੇ ਉਹ ਆ ਕੇ ਤੁਸੀਂ ਲੋਡ ਕਰੋ। ਮੈਂ ਅੱਡੇ ਵਾਲੇ ਨਾਲ ਗੱਲਬਾਤ ਕੀਤੀ ਬੈਠਾ, ਚਲੋ ਚਲਦੇ ਹਾਂ। ਉਹਨਾਂ ਆਖਿਆ ਵੀ ਮੀਰਪੁਰ ਦੇ ਬਾਈਪਾਸ 'ਤੇ ਆ ਜਾਓ, ਬਾਈਪਾਸ 'ਤੇ ਆ ਕੇ ਨਾ ਰੱਬ ਤੱਕ ਰਿਹਾ, ਮੈਂ ਤੁਹਾਨੂੰ ਆ ਕੇ ਲੈ ਲਈ ਸੀ ਉੱਥੋਂ, ਉੱਥੋਂ ਹੀ ਲੋਡਿੰਗ 10 ਟਨ ਵਜ਼ਨ ਹੈ, ਚੌਕਰ ਹੈ ਫੈਸਲਾਬਾਦ ਦਾ। ਚਲਦੇ ਹਾਂ ਜਾ ਕੇ ਚੌਕਰ ਲੋਡ ਕਰਦੇ ਹਾਂ। ਜਿਹੜਾ ਸੱਜੀ ਪਾਸੇ ਦੁੰਦ ਜੀ ਨਜ਼ਰ ਆ ਰਹੀ ਹੈ, ਇਹ ਪਾਣੀ ਹੈ, ਡੈਮ ਹੈ ਪਿਆ, ਜਿਹੜੀ ਕਸ ਡੈਮ ਇਸ ਦਾ ਨਾਂ ਹੈ, ਅਤੇ ਮੰਗਲਾ ਇੱਥੇ ਨਾਲ ਹੀ ਹੈ, ਅੱਗੇ ਕਰਕੇ ਮੰਗਲਾ ਡੈਮ ਹੈ। ਮੀਰਪੁਰ ਦੇ ਬਾਈਪਾਸ 'ਤੇ ਵਧੇ ਹਾਂ, ਬਾਈ ਸ਼ਹਿਦ ਦੇ ਆਖਣ 'ਤੇ, ਅਤੇ ਪਹਿ ਦਿਨ ਵੀ ਬਾਈਪਾਸ ਜਿੱਥੇ ਮੁੱਕੇ ਨੇ ਉੱਥੇ ਰਿਆਜ਼ ਚੌਕ, ਉਸੀ ਉੱਥੋਂ ਆ ਕੇ ਮੈਂ ਤੁਹਾਨੂੰ ਲੈ ਲੈਂਦਾ। ਬਾਈਪਾਸ ਮੁੱਕਣ ਦਾ ਨਾਂ ਨਹੀਂ ਲੈਂਦਾ ਪਿਆ। ਸ਼ਾਇਦ ਬਾਈ ਆਖਿਆ ਵੀ ਜਹਾਜ਼ ਚੌਕ ਜਾ ਕੇ ਰੱਬ ਤੱਕ ਰਿਹਾ ਹੈ, ਅੱਲਾ ਕੀਤਾ ਜਹਾਜ਼ ਚੌਕ 'ਤੇ ਗਿਆ ਆ। ਅਤੇ ਹੁਣ ਸ਼ਾਇਦ ਬਾਈ ਤੋਂ ਪੁੱਛਦੇ ਹਾਂ ਵੀ ਤੁਸੀਂ ਕਿੱਥੇ ਹੋ। ਸ਼ਾਇਦ ਬਾਈ ਹੋਰੀ ਕਾਰ 'ਤੇ ਵਧਣ ਦੀ, ਜਿਹੜੀ ਸਾਹਮਣੇ ਕਾਰ ਜਾਂਦੀ ਵੀ ਗੋਲ ਬਾਡੀ, ਸਾਨੂੰ ਇਸ਼ਾਰਾ ਕੀਤਾ ਨੇ ਵੀ ਸਾਡੇ ਪਿੱਛੇ ਪਿੱਛੇ ਆ ਜਾਓ, ਪਤਾ ਨਹੀਂ ਹੁਣ ਸਾਨੂੰ ਕਿੱਦਾਂ ਲੈ ਜਾਊ ਹੈ। ਸਾਬਿਨ, ਜਿਵੇਂ ਤੁਹਾਨੂੰ ਅੱਗੇ ਇਹਨਾਂ ਦਾ ਮੈਂ ਜ਼ਿਕਰ ਕੀਤਾ ਵੀਡੀਓ ਦੇ ਵਿੱਚ, ਅਤੇ ਇਹਨਾਂ ਦੇ ਨਾਲ ਮੁਲਾਕਾਤ ਹੋਈ ਹੈ, ਬੜੀ ਖੁਸ਼ੀ ਹੋਈ ਇਹਨਾਂ ਦੇ ਨਾਲ ਮਿਲ ਕੇ, ਅਤੇ ਬਿਲਟੀ ਸ਼ਿਲਟੀ ਇਹ ਸਾਡੀ ਅੱਗੇ ਲਈ ਬੈਠੇ ਹਨ। ਇਹਨਾਂ ਆਪਣੀ ਗੱਡੀ ਰਾਹ ਕੇ, ਗੱਡੀ ਹੋਰ ਦਾ ਮਾਲ ਆ, ਆਪਣੀ ਗੱਡੀ ਇਹਨਾਂ ਰਾਹ ਕੇ ਅਤੇ ਮੇਰੀ ਗੱਡੀ ਲੋਡ ਕਰਾਈ ਨੇ, ਮੇਰੀ ਗੱਡੀ ਨੂੰ ਬਿਲਟੀ ਲੈ ਕੇ ਦਿਵਾਈ ਨੇ। ਅਤੇ ਇੱਥੇ ਨਾਲ ਹੀ ਕੋਈ ਕਿਹੜੀ ਮਿਲ, ਮੰਗਲਾ ਫਿਲੋਰ ਮਿਲ, ਉੱਥੋਂ ਗੱਡੀ ਲੋਡ ਕਰਨੀ। ਅਤੇ ਸ਼ਾਇਦ ਬਾਈ ਤੁਸੀਂ ਬਾਹਰ ਆਉਂਦੇ ਹੋ, ਅਤੇ ਇੱਥੇ ਕੀ, ਇੱਥੇ ਗਰਮੀ ਨੂੰ ਮੁੜ ਆ ਗਏ? ਬਸ ਗਰਮੀ ਨਹੀਂ ਕਰਾਉਣਾ, ਉੱਥੇ ਬਰਫ਼ ਜ਼ਿਆਦਾ ਹੈ, ਮੇਰਾ ਗਰਮੀ ਦਾ ਮੌਸਮ ਠੀਕ ਰਹਿੰਦਾ। ਜੀ ਠੀਕ, ਬਾਕੀ ਕੰਮ ਸ਼ਾਮ ਇੱਥੇ ਠੀਕ ਹੈ, ਇਹ ਵੇਚਣ ਵਟਾਉਣ ਵਾਲਾ ਤੁਹਾਨੂੰ ਕਿਹੜਾ ਚਸਕਾ? ਬਸ ਜਿੱਥੇ ਜਿੱਥੇ ਰੋਜ਼ੀ ਲਿਖੀ ਹੈ, ਬਸ ਚਲਾਉਣ ਵਾਲਾ ਫਿਰ ਤੁਹਾਨੂੰ ਪਤਾ ਅਮਲਾ ਹੈ ਕੋਈ ਨਹੀਂ, ਆਪੇ ਕਿੰਨੀਆਂ ਚਲਾਈਏ। ਮਤਲਬ ਤੁਸੀਂ ਗੱਡੀ ਲੈ ਲਈ, ਵੇਚ ਲੈ ਲਈ, ਵੇਚ ਦਿੱਤੀ, ਤਿਆਰ ਕੀਤੀ ਗਈ ਜੀ, ਠੀਕ ਹੈ। ਅਤੇ ਇਹ ਹੁਣ ਚਲੀਏ, ਅਤੇ ਮੇਰੇ ਨਾਲ ਦਿੱਲੀ ਚੱਲਣਾ, ਮੈਂ ਤੁਹਾਡੇ ਨਾਲ ਆਉਣਾ ਹੀ ਆ। ਆਓ ਮੇਰੇ ਨਾਲ ਆ ਜਾਓ। ਮੰਗਲਾ ਫਿਲੋਰ ਬਿਲ, ਇੱਥੋਂ ਚੌਕਰ ਲੋਡ ਕਰਨ ਵਾਸਤੇ ਗੱਡੀ ਲਾਈ ਇੱਥੇ ਛਾਂ 'ਤੇ, ਮਜ਼ਦੂਰ ਵੀਰਾ ਹਨ, ਉਹ ਆਪਣਾ ਲੰਗਰ ਪਾਣੀ ਪੇ ਕਰਨ ਦੇ, ਲੰਗਰ ਪਾਣੀ ਕਰਕੇ ਅਤੇ ਤਾਂ ਲੋਡ ਕਰੇ ਸਨ, ਐਵੇਂ ਨਾ। ਜਿੱਥੇ ਗੱਡੀ ਲੋਡ ਹੁੰਦੀ ਪਈ ਨਾ, ਮੈਂ ਇੱਥੇ ਇਸ ਮਿਲ ਦੀ ਇੱਕ ਜਗ੍ਹਾ 'ਤੇ ਆਇਆ, ਅਤੇ ਇੱਦੂ ਮੈਂ ਵੇਖਿਆ, ਤੁਹਾਨੂੰ ਪਤਾ ਮੀਰਪੁਰ ਇੱਥੇ ਕੋਠੀਆਂ, ਮਕਾਨ ਇਹਦੇ ਬਣੇ, ਬਲਕਿ ਕੋਠੀਆਂ ਬਣੀਆਂ ਹੋਈਆਂ,
ਮੇਰੇ ਖਿਆਲ ਸਾਡੇ ਪੂਰੇ ਪਾਕਿਸਤਾਨ ਇਹ ਸਭ ਤੋਂ ਜ਼ਿਆਦਾ ਕੋਠੀਆਂ ਵੀ ਹਨ ਇੱਥੇ ਮੀਰਪੁਰ ਦੇ ਵਿੱਚ, ਅਤੇ ਇੱਥੇ ਮਿਲਦੀ ਇੱਕ ਜਾ ਹੱਥ ਖਲੋ ਕੇ ਕੁਝ ਇਸ ਤਰ੍ਹਾਂ ਦਾ ਸੀਨ ਹੈ। ਮੈਨੂੰ ਤਾਂ ਬੜਾ ਖੂਬਸੂਰਤ ਜਿਹਾ ਨਜ਼ਾਰਾ ਲੱਗਾ, ਹਰ ਪਾਸੇ ਕੋਠੀਆਂ ਕੋਠੀਆਂ, ਬੜੇ VIP ਮਕਾਨ ਆ, ਕਮਾਲ। ਅੱਲਾ ਪਾਕ ਨਸੀਬ ਕਰੇ ਜੀ ਜਿਨ੍ਹਾਂ ਦੇ ਹਨ। ਅਲਹਮਦੁਲਿਲਾ ਲੋਡ ਕਰਕੇ ਗੱਡੀ ਚੌਕਰ ਹੈ ਕਿ ਅਸੀਂ ਲੋਡ ਕੀਤਾ 10 ਟਨ, ਅਤੇ ਹੁਣ ਇਨਸ਼ਾਅੱਲਾ ਅਸੀਂ ਜਾ ਰਹੇ ਹਾਂ ਇੱਥੋਂ ਸਿੱਧੇ ਦੀਨਾ, ਕਿਉਂਕਿ ਸਰਾਏ ਆਲਮਗੀਰ ਅਸਾਂ ਜਾਣਾ ਨਾ, ਦੀਨਾ ਲੂ ਜਾਵੀਏ ਤਾਂ ਇਦੂ ਜਾਤਲਾਂ ਲੂ ਜਾਵੀਏ ਤਾਂ ਸਫ਼ਰ ਬਰਾਬਰ ਹੈ। ਅਸਾਂ ਮੁੜੇ ਆਖਿਆ ਵੀ ਚਲੋ ਇਦੂ ਦੀਨਾ ਲੂ ਵਗ ਜਾਵੇ, ਇਦੂ ਰਾਹ ਆਦੇ ਹਨ ਵੀ ਠੀਕ ਹੈ। ਮੈਨੂੰ ਤਾਂ 2-2.5 ਸਾਲ ਹੋ ਗਏ ਨੇ ਇੱਦੇ ਆਇਆ ਇਸ ਰਾਹ 'ਤੇ, ਅਤੇ ਸੁਣਿਆ ਵੀ ਰਾਹ ਠੀਕ ਹੋਇਆ ਪਿਆ, ਡਬਲ ਰੋਡ ਕਿਦੋਂ ਜਾਂਦਾ। ਇੱਕ ਪਾਰਕ ਹੈ, ਅਸ ਪਾਰਕ ਹੈ ਮੀਰਪੁਰ ਆਜ਼ਾਦ ਕਸ਼ਮੀਰ ਦੇ ਵਿੱਚ, ਅਸਫਾ ਬੁੱਟੋ ਪਾਰਕ ਇਸ ਦਾ ਨਾਂ ਹੈ। ਇਸ ਪਾਰਕ ਦੇ ਝੂਲੇ ਛੁੱਲੇ ਤਾਂ ਬੜੇ ਵੇਖੇ ਨੇ, ਸਹਿ ਕੁਝ ਹੈ ਯਾਰ ਇਹਦੇ ਵਿੱਚ, ਇੰਟਰਟੇਨਮੈਂਟ ਦੀ ਹਰ ਸ਼ਾਇ। ਅਤੇ ਇਸ ਸਮੇਂ ਮੈਨੂੰ ਲੱਗਦਾ ਪਿਆ ਵੀ ਇਹ ਜਿਹੜੀ ਦੀਵਾਰ ਜੀ ਨਜ਼ਰ ਆ ਰਹੀ ਹੈ ਇਹ ਮੰਗਲਾ ਡੈਮ ਦੀ ਅਸੀਂ ਇਹ ਦੀਵਾਰ 100%। ਇਹ ਡੈਮ ਦੁਨੀਆ ਦੇ 6ਵੇਂ ਨੰਬਰ 'ਤੇ ਵੱਡਾ ਡੈਮ ਹੈ ਮੰਗਲਾ ਡੈਮ। ਨਾਲ ਨਾਲ ਮੇਰੇ ਸੱਜੇ ਹੱਥ ਮੰਗਲਾ ਡੈਮ ਦੀ ਦੀਵਾਰ ਜੀ ਹੈ, ਇਹ ਕਮ ਅਜ਼ ਕਮ ਅੰਦਾਜ਼ਾ ਪਹਿਲੇ ਨਾ ਵੀ 60-70 ਫੁੱਟ ਉੱਚੀ ਇਹ ਦੀਵਾਰ ਹੈ। ਮੈਂ ਤਾਂ ਦੀਵਾਰ ਪੇ ਸਦਿੰਦਾ ਇਹ ਤਾਂ ਵੱਡਾ ਸਾਰਾ ਬੰਦ ਹੋ ਸੀ, ਵੱਡਾ ਸਾਰਾ ਬੰਦ ਹੋ ਸੀ, ਕਿਉਂਕਿ ਮੰਗਲਾ ਡੈਮ ਡੈਮ ਦਾ ਪਾਣੀ ਰੋਕ ਕੇ ਰੱਖਣਾ, ਉਹ ਦੀਵਾਰ ਦਾ ਕੰਮ ਤਾਂ ਨਹੀਂ ਨਾ, ਕੱਦਾਂ ਦਾ ਕੰਮ ਤਾਂ ਨਹੀਂ ਨਾ ਪਾਣੀ ਰੋਕਣਾ, ਇਹ ਵੱਡਾ ਸਾਰਾ ਬੰਦ ਹੋ ਸੀ ਪੱਥਰ ਦਾ ਬੜਾ ਉੱਚਾ। ਦਿਲ ਤਾਂ ਦਾ ਪਿਆ ਵੀ ਕਿਤੇ ਗੱਡੀ ਬੰਦਾ ਖਿਲਾਰ ਕੇ ਅਤੇ ਡੈਮ ਸ਼ੈਮ ਵੇਖ ਲਵੀ ਵੇ, ਲੇਕਿਨ ਮਜਬੂਰੀਆਂ, ਕਿਤੇ ਗੱਡੀ ਖਿਲਾਰੀ ਅਤੇ ਕਿਤੇ ਦੱਸਾਂ। ਤੁਸੀਂ ਦੱਸੋ ਕਿ ਮੰਗਲਾ ਡੈਮ ਸਾਡੀ ਜਾਨ ਨਹੀਂ ਛੱਡੀ ਅਤੇ ਹੁਣ ਮੰਗਲਾ ਨਹੀਂ ਪਿਆ ਜਾਨ ਛੱਡਿੰਦਾ। ਇਹ ਮੰਗਲਾ ਸ਼ਹਿਰ ਹੈ, ਕੋਈ ਛੋਟਾ ਜਿਹਾ ਇਹ ਕ੍ਰਾਸ ਕੀਤਾ ਸੀ, ਅਤੇ ਈਓ ਰੋਡ ਇਨਸ਼ਾਅੱਲਾ ਸਿੱਧਾ ਦੀਨੇ ਦੇ ਚੜ੍ਹ ਸੀ, ਅਤੇ ਦੀਨੇ ਦੇ ਵਿੱਚੋਂ ਜੇਹਲਮ ਤੋਂ ਸਰਾਇਆ ਆਲਮਗੀਰ, ਦੀਨੇ ਦੇ ਨਾਲ ਲੱਗਦਾ ਹੈ ਫਾਟਕ ਬੰਦ ਹੈ ਅਤੇ ਟ੍ਰੇਨ ਲੱਗੀ ਜਾਂਦੀ ਹੈ ਪਿੰਡੀ ਵਾਲੇ ਪਾਸੇ, ਟ੍ਰੇਨ ਜਾਂਦੀ ਵੀ ਪਤਾ ਨਹੀਂ ਹੈ ਕਿਹੜੀ ਟ੍ਰੇਨ ਹੈ, ਇਹ ਨਹੀਂ ਪਤਾ। ਜੀ ਦੋਸਤੋ ਇਹ ਆ ਗਿਆ ਜੀ GT ਰੋਡ, ਸੱਜੇ ਹੱਥ ਪਿੰਡੀ, ਖੱਬੇ ਹੱਥ ਲਾਹੌਰ। ਵਾਹ ਜੀ ਵਾਹ। ਇਸ ਦਿਨ ਤੋਂ ਅੱਗੂ ਜੇਹਲਮ ਉਸੀ, ਜੇਹਲਮ ਤੋਂ ਅੱਗੂ ਅਸੀਂ ਸਰਾਏ ਆਲਮਗੀਰ ਅਤੇ ਮੰਡੀ ਬਹੁਤ ਦੀਨ ਅਤੇ ਉਹ ਸਭ ਕੇ ਰੂਟ 'ਤੇ ਅਸਾਂ ਇਨਸ਼ਾਅੱਲਾ ਦਿਸਾਂ ਹੈ। ਨਦਰਿੰਦ ਜੇ ਦੀਨਾ ਸ਼ਹਿਰ ਤੋਂ ਬਾਅਦ ਜੇਹਲਮ ਸਿਟੀ,
ਜੇਹਲਮ ਕ੍ਰਾਸ ਕਰਦੇ ਵਦੇ ਆ, ਰਸ਼ ਤੁਹਾਨੂੰ ਪਤਾ ਬੜਾ ਹੁੰਦਾ ਇੱਥੇ, ਖਾਸ ਕਰ ਸ਼ਾਮ ਦੇ ਟਾਈਮ ਵੇਖ ਸੋ। ਫਿਰ ਅੱਗੇ ਵੀ ਲਾਈਨਾਂ ਲੱਗੀਆਂ ਪਈਆਂ ਨੇ। ਫਿਕਸ ਤਾਂ ਨਹੀਂ ਕੀਤੀ? ਚਲੋ 50,000 ਦਾ ਪਾ ਲਿਆ। ਠੀਕ ਹੈ, 50 ਦਾ ਪਾ ਲਿਆ। ਜੀ ਦੋਸਤੋ, ਅਸਾਂ ਬਿਲਟੀ ਲਈ ਆ, ਬਾਈ ਸ਼ਾਹਿਦ ਸਾਹਿਬ ਸਾਨੂੰ ਬਿਲਟੀ ਲੈ ਕੇ ਦਿਵਾਈ ਆ ਫੈਸਲਾਬਾਦ ਦੀ। ਜਦੋਂ ਲੋਡ ਕਰਨ ਗਏ ਹਨ ਉੱਥੇ, ਉਹਨਾਂ ਸਾਨੂੰ ਆਖਿਆ ਬਈ ਯਾਰ ਇਹਨੇ ਫੈਸਲਾਬਾਦ ਦਾ ਮਾਲ ਹੈ, ਕੋਈ ਨਾ ਕੈਂਸਲ ਹੈ, ਤੁਸੀਂ ਨਾ ਲੋਡ ਕਰ ਲਿਓ ਚਨਿਓਟ ਚਨਿਓਟ ਫੈਸਲਾਬਾਦ ਰੋਡ 'ਤੇ 9 ਕਿਲੋਮੀਟਰ ਜਸ ਉੱਤੇ। ਮੈਂ ਕਿਹਾ ਉਹਨਾਂ ਕੀ ਮੰਗੇ ਦੋ ਅੱਖੀ, ਅਸੀਂ ਬਿਲਕੁਲ ਦਿਖਾਂ। ਪਰ ਖੈਰ ਉਹਨਾਂ ਆਖਿਆ ਵੀ ਯਾਰ ਕਿਰਾਇਆ ਤੁਹਾਡਾ ਉਹ ਹੋ ਗਿਆ ਅਤੇ ਮਾਲ ਤੁਹਾਡਾ ਜਿਹੜਾ ਨਾ ਚਨਿਓਟ ਲੱਗ ਸੀ। ਮੈਂ ਖੁਸ਼ ਹੋ ਗਿਆ, ਮੈਂ ਚਲੋ ਆਪਣੇ ਇਲਾਕੇ ਦਾ ਮਾਲ ਫੈਸਲਾਬਾਦ ਦੂਰ ਮੁੜ ਵਾਪਸ ਹਟਣਾ, ਇਹ ਚਲੋ ਇੱਥੋਂ ਚਨਿਓਟ ਲਾ ਕੇ ਅਜਾ ਬੋਣੇ ਵਗ ਦਿੱਤਾ। ਮੈਂ ਮੁੜ ਖੁਸ਼ ਹੋ ਗਿਆ ਅਤੇ ਇਹ ਹੁਣ ਅੱਲਾ ਖੈਰ ਰੱਖੇ ਅਸੀਂ ਕਿਰਾਇਆ ਲੰਘੀਏ ਵਿੱਚ ਡੀਜ਼ਲ ਪੁੱਜਦੇ ਪੈਣ, ਡੀਜ਼ਲ ਪਵਾ ਕੇ ਅਗਰ ਟੁੱਕਰ ਦਾ ਗਿਰਾ ਹਾਲੇ ਹੁਣ ਖਾਵਣਾ ਬਹੁਤ ਵਧੀਆ ਲੱਗਦੀ। ਟੁੱਕਰ ਖਾਂਦੇ ਹੋਏ ਤਾਂ ਮੰਡੀ ਬਹੁਤ ਦੀਨ, ਮੰਡੀ ਬਹੁਤ ਦੀਨ ਤੂੰ ਖਾ ਲਈਏ, ਖਾ ਲਈਏ ਤੂੰ ਸਿਆਲ ਮੋੜ ਤੋਂ ਆਮਦਨਗਰ ਅਤੇ ਚਨਾਬ ਨਗਰ ਰੱਬੋ ਅਤੇ ਚਨਿਓਟ ਇਨਸ਼ਾ ਅੱਲਾ।